ਇੱਕ IAS ਆਫੀਸਰ IAS ਦੀ ਜੌਬ ਛੱਡਦੇ ਹੈ ਅਤੇ BJP 'ਚ ਸ਼ਾਮਿਲ। ਪਹਿਲਾਂ ਹੁਕਮ ਅਤੇ ਹੁਣ ਮਿੰਨਤਾਂ ਲੋਕਾਂ ਦੀਆਂ ਕਰਨੀਆਂ ਪੈਣੀਆਂ, ਕੀ ਲੱਗਦਾ ਇੱਕ IAS ਆਫੀਸਰ ਦੀ ਸੋਚ ਹੈ, ਕੀ ਵੱਖਰੀ ਸੋਚ ਹੈ, ਕੀ ਕਰ ਲਓ ਬਠਿੰਡਾ ਡਿਸਟ੍ਰਿਕਟ, ਕੀ ਸੋਚਿਆ ਪਰਿਵਾਰ ਅਕਾਲੀ ਦਲ ਵਿੱਚ, ਤੁਹਾਡੇ ਸਹੁਰਾ ਸਾਹਿਬ ਅਕਾਲੀ ਦਲ ਦੇ ਵਿੱਚ ਕਾਫੀ ਵੱਡੀ ਦੇਣ ਹੈ ਅਕਾਲੀ ਦਲ ਨੂੰ, ਅਚਾਨਕ ਫੈਸਲਾ ਕਰੇ ਗੱਲਬਾਤ ਹੋਈ ਸੀ ਗੁਰੂ ਨੂੰ ਕਦਮ। ਦਲ ਬਦਲੀਆਂ ਦਾ ਦੌਰ ਜਾਰੀ ਹੈ, ਕੀ ਦਲ ਬਦਲੂ ਹੈ, ਵੋਟ ਬੈਂਕ ਹਾਸਲ ਕਰ ਪਾਉਣਗੇ ਲੋਕਾਂ ਦਾ ਵਿਸ਼ਵਾਸ, ਦਲ ਬਦਲੂ ਬਣਾਉਣ ਪੈਦਾ ਪਾਉਂਗੇ। ਕਿਸਾਨ ਹਰ ਜਗ੍ਹਾ ਤੇ ਵਿਰੋਧ ਕਰਦੇ ਨੇ, BJP ਟਾਰਗੇਟ ਹੈ, ਅਦਰ ਪਾਰਟੀਆਂ ਨੂੰ ਸਵਾਲ ਕਰਦੇ ਨੇ, ਕਿਵੇਂ ਦੇਖਦੇ ਹੋ, ਕੌਣ ਨੇ ਲੋਕ ਜਿਹੜੇ ਵਿਰੋਧ ਕਰਦੇ? ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਜੰਗ ਦੇ ਜਰਨੈਲ। ਜੰਗ ਦੇ ਜਰਨੈਲ ਦੇ ਵਿੱਚ ਅੱਜ ਗੱਲ ਕਰਦੇ ਹਾਂ ਸ਼ਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਦੇ ਨਾਲ, ਜਿਹੜੇ ਕਿ IAS ਸੀ, ਜੌਬ ਛੱਡ ਕੇ BJP ਦੇ ਵਿੱਚ ਸ਼ਾਮਿਲ ਹੋਏ ਨੇ। ਅੱਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਮਿਲਦੇ ਹਾਂ ਕਿ ਆਖਿਰਕਾਰ ਮਲੂਕਾ ਦਾ ਰੁਝਾਨ ਕੀ ਹੈ ਮੈਡਮ ਦਾ, ਔਰ ਗੱਲਬਾਤ ਮੈਡਮ ਨਾਲ ਕਰਦੇ। ਮੈਮ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਹਾਲ ਚਾਲ ਨੇ ਜੀ। ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ, ਇੱਕ IAS ਆਫੀਸਰ IAS ਦੀ ਜੌਬ ਛੱਡਦੇ ਹੈ ਅਤੇ BJP 'ਚ ਸ਼ਾਮਿਲ। ਹਾਂਜੀ, IAS ਦੀ ਆਫ ਜਿਹੜੀ ਜੌਬ ਹੈਗੀ ਹੈ ਉਹ ਛੱਡਣੀ ਪੈਣੀ ਸੀ ਜੇ BJP 'ਚ ਸ਼ਾਮਿਲ ਹੋਣਾ ਸੀ ਤਾਂ, ਅਤੇ ਬਹੁਤ ਖੁਸ਼ ਹਾਂ ਮੈਂ BJP 'ਚ ਸ਼ਾਮਿਲ ਹੋ ਕੇ, ਕਿਉਂਕਿ ਆਉਣ ਵਾਲੀ ਸਰਕਾਰ BJP ਦੀ ਹੈ, ਤੁਹਾਨੂੰ ਵੀ ਪਤਾ, ਸੋ ਖੁਸ਼ੀ ਹੋ ਰਹੀ ਹੈ। ਮੈਂ ਕੀ ਸੋਚਿਆ ਕਿ ਇੱਕ IAS ਆਫੀਸਰ IAS ਨੂੰ ਛੱਡ ਕੇ BJP 'ਚ ਸ਼ਾਮਿਲ, ਕੀ ਇਹੋ ਜਿਹੀ ਚੀਜ਼ ਤੁਹਾਨੂੰ ਵਧੀਆ ਲੱਗੀ ਪਰਮਪਾਲ ਨੂੰ ਕਿ ਮੈਂ IAS ਦੀ ਜੌਬ ਨਹੀਂ ਕਰਨੀ, ਮੈਂ ਤਾਂ ਸਿਆਸਤ ਕਰਨੀ? ਸਿਆਸਤ ਕਰਨੀ ਕਹਿ ਲਓ ਜਾਂ ਪਬਲਿਕ ਸੇਵਾ ਕਰਨੀ ਕਹਿ ਲਓ, ਐਜ਼ IAS ਆਫੀਸਰ ਵੀ ਅਸੀਂ ਪਬਲਿਕ ਦੀ ਹੀ ਸੇਵਾ ਕਰਦੇ ਹਾਂ, ਦੋਨੇ ਪਬਲਿਕ ਸਰਵਿਸ ਨੇ, ਚਾਹੇ ਤੁਸੀਂ ਰਾਜਨੀਤੀ ਵਿੱਚ ਆ ਕੇ ਕਰ ਲਓ, ਚਾਹੇ ਤੁਸੀਂ ਆਫੀਸਰ ਦੇ ਤੌਰ 'ਤੇ ਕਰ ਲਓ। ਸੋ ਸ਼ੁਰੂ ਤੋਂ ਹੀ ਮੇਰਾ ਲੋਕਾਂ ਨਾਲ ਵਾਹ ਰਿਹਾ। ਇੱਥੇ ਵੀ ਮੈਂ ਜਦੋਂ ਐਜ਼ ਆਫੀਸਰ ਬਠਿੰਡਾ ਮਾਨਸਾ ਦੇ ਵਿੱਚ ਕੰਮ ਕਰਦੀ ਸੀ ਤਾਂ ਲੋਕ ਮੇਰੇ ਕੋਲ ਆਉਂਦੇ ਸੀਗੇ, ਅਸੀਂ ਬੈਠ ਕੇ ਚਾਹ ਪਾਣੀ ਪੀਂਦੇ ਸੀ, ਗੱਲਾਂ ਬਾਤਾਂ ਕਰਦੇ ਸੀ, ਸਮੱਸਿਆਵਾਂ ਡਿਸਕਸ ਕਰਦੇ ਸੀ, ਅਤੇ ਜੋ ਕੁਛ ਮੇਰੇ ਤੋਂ ਹੁੰਦਾ ਸੀ ਮੈਂ ਉਹਨਾਂ ਲਈ ਕਰਦੀ ਸੀ। ਇਵੇਂ ਜਦੋਂ ਮੈਂ ਚੰਡੀਗੜ੍ਹ ਵੀ ਸੀਗੀ ਤਾਂ ਇੱਥੋਂ ਇਸ ਇਲਾਕੇ ਦੇ ਲੋਕ ਵੀ ਮੇਰੇ ਕੋਲ ਚੰਡੀਗੜ੍ਹ ਆ ਕੇ ਵੀ ਆਪਣੇ ਕੰਮਾਂ ਵਾਸਤੇ ਆਉਂਦੇ ਸੀਗੇ, ਅਤੇ ਉੱਥੇ ਅਸੀਂ ਮੈਂ ਉਹਨਾਂ ਨੂੰ ਚਾਹ ਪਾਣੀ ਪਿਆ ਕੇ ਹੱਸ ਕੇ ਜੋ ਉਹਨਾਂ ਦਾ ਜਾਇਜ਼ ਕੰਮ ਹੁੰਦਾ ਕਰਦੀ ਸੀ, ਤਾਂ ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗ ਰਿਹਾ ਸੀ। ਦਿਨ ਦੀ ਸ਼ੁਰੂਆਤ ਪਰਮਪਾਲ ਕੌਰ ਦੀ ਕਿੱਥੋਂ ਹੁੰਦੀ ਹੈ, ਕੀ ਦਿਨ ਚੜ੍ਹਿਆ? ਸੂਰਜ ਪਰਮਾਤਮਾ ਦਾ ਨਾਂ ਲੈ ਕੇ ਹੀ ਦਿਨ ਦੀ ਸ਼ੁਰੂਆਤ ਕਰਨੀ ਬਣਦੀ ਹੈ, ਅਤੇ ਮੈਂ ਰੋਜ਼ ਸਭ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲੈਂਦੀ ਹਾਂ। ਤਾਂ 2 ਮਿੰਟ ਮੈਂ ਤੁਹਾਨੂੰ ਇੰਟਰਪਟ ਕਰਦੇ ਹੋਏ ਮੈਂ ਇੱਕ ਵਾਰੀ ਗੁਰੂ ਸਾਹਿਬ ਦੇ ਚਰਨਾਂ 'ਚ। ਬਿਲਕੁਲ ਕੋਈ ਦੋ ਰਹਿ ਨਹੀਂ ਹੈ, ਕਿਉਂਕਿ ਦਿਨ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਅਤੇ ਸ਼ੁਰੂਆਤ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਪਰਮਾਤਮਾ ਦਾ ਨਾਂ ਲਿਆ ਜਾਵੇ। ਪਰਮਪਾਲ ਕੌਰ ਨੇ IAS ਦੇ ਜੌਬ ਛੱਡ ਕੇ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਆਏ ਨੇ, ਔਰ BJP ਦੇ ਵੰਨੀਓ ਚੋਣ ਮੈਦਾਨ ਦੇ ਵਿੱਚ ਨੇ, ਪਿੰਡਾਂ ਦੇ ਵਿੱਚ ਜਾਣਾ ਹੈ, ਪ੍ਰੋਗਰਾਮ ਕਾਫੀ ਪਿੰਡਾਂ ਦੇ ਵਿੱਚ ਰੱਖੇ ਹੋਏ ਨੇ, ਤਾਂ ਕਰਕੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਉਸ ਵਾਹਿਗੁਰੂ ਦਾ, ਉਸ ਪਰਮਾਤਮਾ ਦਾ, ਉਸ ਅੱਲਾਹ ਦਾ, ਉਸ ਰਾਮ ਦਾ ਨਾਂ ਲਿਆ ਜਾਵੇ, ਤਾਂ ਕਰਕੇ ਪਰਮਪਾਲ ਕੌਰ ਦੀ ਸ਼ੁਰੂਆਤ ਹੈ ਜਿਹੜੀ ਉਹ ਦਿਨ ਦੀ ਬੈਡਰੂਮ 'ਤੇ ਉੱਠਦੇ ਨੇ, ਨਹਾਉਂਦੇ ਨੇ, ਤਿਆਰ ਹੁੰਦੇ ਨੇ, ਅਤੇ ਉਸ ਤੋਂ ਬਾਅਦ ਰੱਬ ਦਾ ਨਾਂ, ਅਤੇ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਪਰਮਪਾਲ ਕੌਰ ਜਾਂਦੇ ਨੇ ਪਰਮਾਤਮਾ ਦੇ ਨਾਂ ਤੋਂ ਬਾਅਦ। ਕੀ ਅਗਲਾ ਸ਼ਡਿਊਲ ਕੀ ਰਹਿੰਦਾ? ਸੂਰਜ ਹੁਣ ਵੀ ਮੇਰੀ ਚਾਹ ਰੱਖੀ ਹੋਈ ਹੈ, ਅਤੇ ਮੈਂ ਚਾਹ ਨੂੰ ਬਣਾ ਕੇ ਆਪਾਂ ਪੀ ਲਈਏ, ਅਤੇ ਨਾਲ ਨਾਲ ਫਿਰ ਆਪਾਂ ਗੱਲਾਂ ਵੀ ਕਰਦੇ ਹਾਂ। ਇੱਕ ਮਿੰਟ ਮੈਨੂੰ ਰਸੋਈ 'ਚ 1 ਮਿੰਟ ਲੱਗੂਗਾ, ਆਪਾਂ ਆਉਣ ਥੋੜ੍ਹਾ ਮੈਂ ਉਹ ਕਰ ਲੈਂ। ਅੱਛਾ, ਮਨਪ੍ਰੀਤ ਬਾਦਲ ਭਾਜਪਾ 'ਚ ਸ਼ਾਮਿਲ ਹੋ ਗਏ, ਆਪਦੀ ਮਾਂ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਇੱਧਰ ਆ ਗਈ, ਕਿਵੇਂ ਦੇਖਦੇ ਹੋ ਮਨਪ੍ਰੀਤ ਬਾਦਲ ਦਾ ਨਹੀਂ ਆ ਰਿਹਾ ਅੱਜ ਕੱਲ੍ਹ? ਸੁਣਿਆ ਸੀ ਥੋੜ੍ਹੇ ਬਿਮਾਰ ਵੀ ਨੇ, ਵਿੱਚ ਇਹ ਵੀ ਸੁਣਦੇ ਹਾਂ ਵੀ ਬਾਦਲ ਪਰਿਵਾਰ ਇਕੱਠਾ ਹੋਣ ਦੀ ਕੋਸ਼ਿਸ਼ ਕਰ ਰਿਹਾ,
ਉਹਨਾਂ ਨੂੰ ਸ਼ਾਇਦ ਮੇਰੇ ਤੋਂ ਬਹੁਤ ਵੱਡੀ ਚੁਣੌਤੀ ਲੱਗ ਰਹੀ ਹੈ, ਜਿਸ ਕਰਕੇ ਹਾਲਾਤ ਕੁਛ ਡਿਫਰੈਂਟ ਬਣ ਰਹੇ ਹੈ। ਸੋ ਬਾਕੀ ਉਹਨਾਂ ਨੂੰ ਪਤਾ ਕਿ ਲੱਗਦਾ ਬਰਪ੍ਰੀਤ ਬਾਦਲ ਦੀ ਘਰ ਵਾਪਸੀ ਹੋ ਸਕਦੀ ਹੈ ਇਸ਼ਾਰਾ ਤੁਹਾਡਾ। ਦੇਖੋ ਪਾਰਟੀ ਦੇ ਅੰਦਰੂਨੀ ਗੱਲਾਂ ਉਹਨਾਂ ਨੂੰ ਹੀ ਪਤਾ ਹੁੰਦੀਆਂ, ਜਿਸ ਤਰ੍ਹਾਂ ਕੋਈ ਬਾਹਰੋਂ ਖਬਰਾਂ ਆਉਂਦੀਆਂ ਉਨੀ ਕੁ ਮੈਂ ਤੁਹਾਨੂੰ ਦੱਸਤੀ। ਪਰ ਇਹ ਜ਼ਰੂਰ ਹੈ ਕਿ ਇਸ ਟਾਈਮ ਬਾਦਲ ਪਰਿਵਾਰ ਦੇ ਵਿੱਚ ਕਾਫੀ ਜਿਹਨੂੰ ਕਹਿੰਦੇ ਆ ਉਹਨਾਂ ਦੇ ਵਿੱਚ ਕਾਫੀ ਘਬਰਾਹਟ ਤਾਂ ਪੈਦਾ ਹੋਈ ਹੋਈ। ਡ੍ਰੀਮ ਕੀ ਸੋਚਿਆ ਬਠਿੰਡਾ ਦੇ ਲੋਕਾਂ ਵਾਸਤੇ, ਖਾਸ ਤੌਰ 'ਤੇ ਮਹਿਲਾਵਾਂ ਵਾਸਤੇ, ਇੱਕ IAS ਆਫਿਸਰ ਦੀ ਸੋਚ ਹੈ, ਕੀ ਵੱਖਰੀ ਸੋਚ ਹੈ, ਕੀ ਕਰ ਲਓ ਬਠਿੰਡਾ ਵਾਸਤੇ, ਕੀ ਸੋਚ ਹੈ ਬਠਿੰਡਾ ਵਾਸਤੇ? ਦੇਖੋ ਬਠਿੰਡੇ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ, ਸਿਹਤ ਦੀ ਸਮੱਸਿਆ, ਅਨਇੰਪਲੋਇਮੈਂਟ ਦੀ ਸਮੱਸਿਆ, ਬੜਾ ਕੁਛ ਹੈ ਜਿਹੜਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਹਲੇ ਹੋਣ ਵਾਲਾ ਹੈਗਾ। ਇਲਾਕਾ ਹਲੇ ਵੀ ਪਛੜਿਆ ਹੋਇਆ, ਜਿੰਨੇ ਕੰਮ ਇੱਥੇ ਹੋਏ ਹੈ ਉਹ BJP ਨੇ ਕੀਤੇ ਹੈ। ਉੱਥੇ ਸੈਂਟਰਲ ਯੂਨੀਵਰਸਿਟੀ ਬਣੀ ਹੈ, ਏਮਸ ਬਣਿਆ, ਸੜਕਾਂ ਦਾ ਜਿਹੜਾ ਜਾਲ ਵਿਛਾਇਆ, ਆਯੁਸ਼ਮਾਨ ਭਾਰਤ ਵਰਗੀਆਂ ਸਕੀਮਾਂ ਜਿਵੇਂ ਪੂਰੇ ਭਾਰਤ 'ਚ ਚੱਲ ਰਹੀਆਂ ਇੱਥੇ ਵੀ ਚੱਲ ਰਹੀਆਂ, ਅਤੇ ਮਹਿਲਾਵਾਂ ਲਈ, ਹੋਰ ਸਾਰੇ ਵਰਗਾਂ ਲਈ ਕੰਮ ਜਿਹੜੇ ਹੈਗੇ ਆ ਉਹ ਸੈਂਟਰਲ ਗਵਰਨਮੈਂਟ ਵੱਲੋਂ ਕੀਤੇ ਜਾ ਰਹੇ ਆ। ਤੋ ਉਸੇ ਦੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਹ ਚਾਹਾਂਗੇ ਕਿ ਹੁਣ ਸਾਡਾ ਦੇਸ਼ ਇੱਕ ਡਿਵੈਲਪਡ ਨੇਸ਼ਨ ਬਣ ਜਾਵੇ ਅਤੇ ਪੰਜਾਬ ਵੀ ਉਹਦੇ ਨਾਲ ਆਪਣੀ ਡਿਵੈਲਪਮੈਂਟ ਕਰੇ, ਜਿੱਥੇ ਪੂਰਾ ਦੇਸ਼ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ BJP ਦੀ ਸਰਕਾਰ ਲਿਆਉਣੀ ਚਾਹੁੰਦਾ ਕਿ ਮੋਦੀ ਜੀ ਦੀ ਸਰਕਾਰ ਆਵੇ ਅਤੇ ਸਾਡੀ ਡਿਵੈਲਪਮੈਂਟ ਹੋਵੇ। ਤਾਂ ਉਸੇ ਤਰ੍ਹਾਂ ਮੈਂ ਕਹਿੰਦੀ ਹਾਂ ਕਿ ਇਸ ਵਾਰ ਪੰਜਾਬ ਵੀ ਕਿਉਂ ਪਿੱਛੇ ਰਹੇ, ਪੰਜਾਬ ਨੂੰ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ, ਜਦੋਂ ਕਿਉਂਕਿ ਪਹਿਲਾਂ ਹੀ ਆਪਾਂ UP ਅਤੇ ਹਰਿਆਣਾ ਅਤੇ ਹੋਰ ਸਟੇਟਾਂ ਨਾਲੋਂ ਕਾਫੀ ਪਿੱਛੇ ਰਹਿ ਚੁੱਕੇ। ਪਰਿਵਾਰ ਅਕਾਲੀ ਦਲ, ਤੁਹਾਡੇ ਸਹੁਰਾ ਸਾਹਿਬ ਅਕਾਲੀ ਦਲ ਦੇ ਵਿੱਚ ਕਾਫੀ ਵੱਡੀ ਦੇਣ ਹੈ ਅਕਾਲੀ ਦਲ ਨੂੰ, ਅਚਾਨਕ ਫੈਸਲਾ ਕਰੇ, ਗੱਲਬਾਤ ਹੋਈ ਸੀ ਤੁਹਾਨੂੰ ਕਦਮ? ਗੱਲਬਾਤ ਹੋਈ ਸੀ ਜੀ, ਉਹ ਅਕਾਲੀ ਦਲ ਨਾਲ ਸੰਬੰਧਿਤ ਹੋਣ ਕਰਕੇ ਚਾਹੁੰਦੇ ਸੀਗੇ ਕਿ ਅਸੀਂ ਉਸ ਪਾਰਟੀ ਦੇ ਵਿੱਚ ਹੀ ਜੁਆਇਨ ਕਰੀਏ, ਪਰ ਕਿਉਂਕਿ ਮੈਂ ਨਵੀਂ ਇਨਿੰਗਸ ਦੀ ਸ਼ੁਰੂਆਤ ਕਰਨੀ ਸੀ ਤਾਂ ਮੈਨੂੰ ਇਹ ਲੱਗਿਆ ਕਿ ਹੁਣ ਮੇਰੀ ਤਾਂ ਹਾਲੇ ਸ਼ੁਰੂਆਤ ਹੈ ਅਤੇ ਕਿਉਂ ਨਾ ਮੈਂ ਦੇਸ਼ ਦੀ ਜਿਹੜੀ ਸਭ ਤੋਂ ਤਾਕਤਵਰ, ਸਭ ਤੋਂ ਵਧੀਆ ਪਾਰਟੀ ਜਿਹਦਾ ਕੋਈ ਵਿਜ਼ਨ ਹੈ, ਜਿਹੜੀ ਦੇਸ਼ ਨੂੰ ਅੱਗੇ ਲਿਜਾ ਸਕਦੀ ਹੈ, ਜਿਹੜੀ ਦੇਸ਼ ਦਾ ਮਾਨ ਸਨਮਾਨ ਇੰਟਰਨੈਸ਼ਨਲ ਲੈਵਲ 'ਤੇ ਵਧਾ ਸਕਦੀ ਹੈ, ਕਿਉਂ ਨਾ ਉਸ ਨਾਲ ਜੁੜੇ। ਘਰੇ ਕੀ ਮਾਹੌਲ ਹੁੰਦਾ ਮਲੂਕਾ ਸਾਹਿਬ ਅਕਾਲੀ ਦਲ ਵੱਲ, ਤੁਸੀਂ ਮੀਆਂ ਬੀਬੀ ਭਾਜਪਾ ਵੱਲ, ਗੱਲਬਾਤ ਹੁੰਦੀ ਹੈ? ਬਿਲਕੁਲ ਗੱਲਬਾਤ ਹੁੰਦੀ ਹੈ ਜੀ, ਬਹੁਤ ਪਿਆਰ ਨਾਲ ਗੱਲਬਾਤ ਹੁੰਦੀ ਹੈ। ਮੈਨੂੰ ਕੱਲ੍ਹ ਟਿਕਟ ਮਿਲੀ, ਮੈਂ ਉਹਨਾਂ ਨੂੰ ਉਸਦੀ ਜਦੋਂ ਜਿਵੇਂ ਹੀ ਮੈਨੂੰ ਸੂਚਨਾ ਮਿਲੀ ਮੈਂ ਉਹਨਾਂ ਨੂੰ ਉਸ ਬਾਰੇ ਦੱਸਿਆ ਅਤੇ ਉਹਨਾਂ ਨੂੰ ਵੀ ਖੁਸ਼ੀ ਹੋਈ ਕਿ ਇੱਕ ਨੈਸ਼ਨਲ ਲੈਵਲ ਦੀ ਟਿਕਟ ਮਿਲਣਾ ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ, ਅਤੇ ਮਾਂ ਬਾਪ ਨੂੰ ਖੁਸ਼ੀ ਹੁੰਦੀ ਹੈ, ਉਹਨਾਂ ਨੂੰ ਵੀ ਹੋਈ। ਦਲ ਬਦਲੀਆਂ ਦਾ ਦੌਰ ਜਾਰੀ ਹੈ, ਲਗਾਤਾਰ ਨਵੇਂ ਨਵੇਂ ਬੰਦੇ ਪਾਰਟੀਆਂ 'ਚ ਆ ਰਹੇ ਨੇ, ਕੁਛ ਭਾਜਪਾ 'ਚ ਆ ਰਹੇ ਨੇ, ਕੁਛ ਜਾ ਰਹੇ ਨੇ, ਕੀ ਦਲ ਬਦਲੂ ਹੈ, ਵੋਟ ਬੈਂਕ ਹਾਸਲ ਕਰ ਪਾਉਣਗੇ ਲੋਕਾਂ ਦਾ ਵਿਸ਼ਵਾਸ ਦਲ ਬਦਲੂ ਬਣਾਉਣ ਪੈਦਾ ਪਾਉਂਗੇ? ਦੇਖੋ ਦਲ ਬਦਲੂਆਂ ਬਾਰੇ ਮੈਂ ਕੁਛ ਨਹੀਂ ਕਹਿ ਸਕਦੀ, ਮੈਂ ਤਾਂ ਫਸਟ ਟਾਈਮ ਕਿਸੇ ਪਾਰਟੀ ਨੂੰ ਜੁਆਇਨ ਕੀਤਾ, ਸੋ ਮੈਂ ਦਲ ਬਦਲੂਆਂ 'ਚ ਮੈਂ ਤਾਂ ਨਹੀਂ ਆਉਂਦੀ, ਅਤੇ ਬਾਕੀ ਲੋਕਾਂ ਦੀ ਮਰਜ਼ੀ ਹੁੰਦੀ ਹੈ, ਜਿਹੜਾ ਵੋਟਾਂ ਦਾ ਸਿਲਸਿਲਾ ਹੁੰਦਾ ਉਹ ਕਿਸੇ ਦੀ ਦੂਸ਼ਣਬਾਜ਼ੀ ਲਾਉਣ ਨਾਲ, ਕਿਸੇ ਦੇ ਕੁਛ ਕਰਨ ਨਾਲ ਨਹੀਂ ਕੁਛ ਹੁੰਦਾ, ਅਤੇ ਇਹਦੇ ਵਿੱਚ ਤਾਂ ਲੋਕਾਂ ਦੀ ਹੀ ਮਰਜ਼ੀ ਹੁੰਦੀ ਹੈ ਕਿ ਉਹਨਾਂ ਨੇ ਕਿਸ ਨੂੰ ਬਣਾਉਣਾ, ਕਿਸ ਨੂੰ ਜਿਤਾਉਣਾ। ਸੋ ਮੈਂ ਲੋਕਾਂ ਦੀ ਜੋ ਵੀ ਓਪੀਨੀਅਨ ਹੋਊਗਾ ਉਸ ਦੀ ਕਦਰ ਕਰਦੀ। ਇੱਕ IAS ਆਫਿਸਰ ਉਸ ਤੋਂ ਬਾਅਦ ਸਿਆਸਤ 'ਚ ਆਉਂਦੇ ਨੇ, ਪਹਿਲਾਂ ਹੁਕਮ ਅਤੇ ਹੁਣ ਮਿੰਨਤਾਂ ਲੋਕਾਂ ਦੀਆਂ ਕਰਨੀਆਂ ਪੈਣੀਆਂ, ਕੀ ਲੱਗਦੇ? ਦੇਖੋ ਹੁਕਮ ਲੋਕਾਂ 'ਤੇ ਤਾਂ ਕਦੇ ਹੁਕਮ ਨਹੀਂ ਤੁਸੀਂ ਚਲਾਉਂਦੇ,
ਤੁਸੀਂ ਆਪਦੇ ਜਿਹੜੇ ਸਬੋਰਡੀਨੇਟਸ ਹੁੰਦੇ ਆ ਜਿਨ੍ਹਾਂ ਤੋਂ ਤੁਸੀਂ ਲੋਕਾਂ ਦਾ ਕੰਮ ਕਰਾਉਣਾ ਹੁੰਦਾ, ਹੁਕਮ ਸਿਰਫ ਉੱਥੋਂ ਤੱਕ ਹੀ ਸੀਮਤ ਹੁੰਦਾ, ਉਹ ਵੀ ਮੈਂ ਬੜੇ ਪਿਆਰ ਨਾਲ ਆਪਦੇ ਸਬੋਰਡੀਨੇਟਸ ਤੋਂ ਹਮੇਸ਼ਾ ਕੰਮ ਲਿਆ, ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਫਰਕ ਮੇਰੀ ਪਹਿਲਾਂ ਦੀ ਜ਼ਿੰਦਗੀ ਤੇ ਹੁਣ ਦੀ ਜ਼ਿੰਦਗੀ ਦੇ ਵਿੱਚ ਹੈ, ਕਿਉਂਕਿ ਪਹਿਲਾਂ ਵੀ ਮੇਰਾ ਲੋਕਾਂ ਨਾਲ ਬੜਾ ਪਿਆਰ ਸੀ, ਹੁਣ ਵੀ ਪਿਆਰ ਹੀ ਹੈ। ਕਿਸਾਨਾਂ ਦਾ ਕਿਵੇਂ ਦੇਖਦੇ ਹੋ? ਕਿਸਾਨ ਹਰ ਜਗ੍ਹਾ ਤੇ ਵਿਰੋਧ ਕਰਦੇ ਨੇ, ਬੀਜੇਪੀ ਟਾਰਗੇਟ ਹੈ, ਆਦਰ ਪਾਰਟੀਆਂ ਨੂੰ ਸਵਾਲ ਕਰਦੇ ਨੇ, ਕਿਵੇਂ ਦੇਖਦੇ ਹੋ? ਕੌਣ ਨੇ ਲੋਕ ਜਿਹੜੇ ਵਿਰੋਧ ਕਰਦੇ? ਮੇਰਾ ਹਾਲੇ ਤੱਕ ਉਹਨਾਂ ਨੇ ਵਿਰੋਧ ਨਹੀਂ ਕੀਤਾ, ਇਸ ਕਰਕੇ ਮੈਂ ਕੁਛ ਜ਼ਿਆਦਾ ਉਹਨਾਂ ਬਾਰੇ ਨਹੀਂ ਬੋਲਣਾ ਚਾਹੂੰਗੀ। ਹੋ ਸਕਦਾ ਉਹ ਪਾਰਟੀਆਂ ਵੱਲੋਂ ਕੁਛ ਕੋਈ ਕਈ ਵਾਰੀ ਇੱਦਾਂ ਦੀ ਕੋਈ ਸਪੋਂਸਰਡ ਚੀਜ਼ਾਂ ਵੀ ਹੁੰਦੀਆਂ, ਪਰ ਮੇਰੇ ਜਿਹੜੇ ਕਿਸਾਨ ਵੀਰ ਹੈ ਉਹ ਮੇਰਾ ਵਿਰੋਧ ਨਹੀਂ ਕਰਨਗੇ, ਕਿਉਂਕਿ ਮੈਂ ਖੁਦ ਕਿਸਾਨ ਹਾਂ, ਅਤੇ ਨਾ ਹੀ ਉਹਨਾਂ ਨੇ ਹਾਲੇ ਤੱਕ ਵਿਰੋਧ ਕੀਤਾ, ਮੈਨੂੰ ਇਸ ਦੀ ਕੋਈ ਉਮੀਦ ਨਹੀਂ ਵੀ ਉਹ ਮੇਰੇ ਨਾਲ ਇਸ ਤਰ੍ਹਾਂ ਕਰਨਗੇ। ਚੋਣਾਂ ਦੀ ਸ਼ੁਰੂਆਤ ਹੈ, ਲੱਗਦਾ ਕਿਸਾਨਾਂ ਨਾਲ ਕੋਈ ਪੈਚਅਪ ਕਰ ਪਾਓਗੇ, ਕੋਈ ਮੀਟਿੰਗ ਰੱਖੋਗੇ, ਸਮਝਾਓਗੇ ਕਿ ਇਸ ਤਰ੍ਹਾਂ ਨਹੀਂ ਕਰਨਾ, ਮੈਂ ਵੀ ਕਿਸਾਨ ਦੀ ਧੀ ਹਾਂ, ਮੈਂ ਵੀ ਕਿਸਾਨ ਦੀ ਬੇਟੀ ਹਾਂ। ਦੇਖੋ ਉਹਨਾਂ ਨੇ ਮੈਨੂੰ ਅਪੋਜ਼ ਹੀ ਨਹੀਂ ਕਰਿਆ, ਮੈਨੂੰ ਹਾਲੇ ਤੱਕ ਉਹਨਾਂ ਨੇ ਅਪੋਜ਼ ਨਹੀਂ ਕਰਿਆ, ਮੇਰਾ ਉਹਨਾਂ ਨਾਲ ਬਹੁਤ ਪ੍ਰੇਮ ਭਾਵ ਹੈ, ਮੇਰਾ ਬਹੁਤ ਪਿਆਰ ਹੈ, ਮੇਰੇ ਭੈਣ ਭਰਾ ਹੈ, ਸੋ ਕੋਈ ਐਸੀ ਗੱਲ ਨਹੀਂ, ਜੇ ਉਹ ਮੇਰੇ ਕੋਲ ਆਉਣਗੇ ਤਾਂ ਜ਼ਰੂਰ ਅਸੀਂ ਉਹਨਾਂ ਨਾਲ ਬੈਠ ਕੇ ਪਿਆਰ ਨਾਲ ਗੱਲਬਾਤ ਕਰਾਂਗੇ, ਕੋਈ ਐਸੀ ਗੱਲ ਨਹੀਂ ਕਰਾਂਗੇ। ਸਿਆਸਤ ਨੂੰ ਕਿਵੇਂ ਦੇਖ ਰਹੇ ਹੋ? ਸਿਆਸਤ ਕਿਸ ਪਾਸੇ ਜਾ ਰਹੀ ਹੈ? ਲੋਕਾਂ ਦਾ ਵਿਸ਼ਵਾਸ ਹੈ ਸਿਆਸਤਦਾਨਾਂ ਤੋਂ ਉੱਠਦਾ ਜਾ ਰਿਹਾ ਹੈ, ਕਿਵੇਂ ਕਨਵਿੰਸ ਕਰ ਪਾਓਗੇ ਬਠਿੰਡਾ ਦੇ ਲੋਕਾਂ? ਦੇਖੋ ਇਹ ਚੀਜ਼ ਜਿਹੜੀ ਹੈਗੀ ਹੈ, ਇਹ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਪੂਰਾ ਦੇਸ਼ ਹੁਣ ਮੋਦੀ ਜੀ ਦੀ ਲਹਿਰ ਚੱਲੀ ਹੋਈ ਹੈ, ਜਿਹੜੀ ਮੋਦੀ ਜੀ ਦੀ ਗਰੰਟੀ ਹੈ ਉਸਨੂੰ ਸਾਰੇ ਸਮਝਦੇ ਆ, ਲੋਕਾਂ ਨੂੰ ਪਤਾ ਕਿ ਇਹ ਆਮ ਪਾਰਟੀਆਂ ਵਾਂਗੂ ਲਾਰੇਬਾਜ ਪਾਰਟੀ ਨਹੀਂ ਹੈਗੀ, ਮੋਦੀ ਜੀ ਜੋ ਕਹਿੰਦੇ ਹੈ ਉਹੀ ਕਰਦੇ ਆ। ਯੂਪੀ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵਧੀਆ ਉਹਨੂੰ ਸੂਬਾ ਬਣਾਇਆ, ਜਿੱਥੇ ਆਪਾਂ ਸਮਝਦੇ ਸੀ ਪਹਿਲਾਂ ਇੱਕ ਤਰ੍ਹਾਂ ਨਾਲ ਜੰਗਲ ਰਾਜ ਸੀ, ਉੱਥੇ ਹੁਣ ਕਿੰਨਾ ਵਧੀਆ ਲਾਅ ਐਂਡ ਆਰਡਰ ਦਾ ਮਾਹੌਲ ਹੈ, ਕਿੰਨਾ ਵਧੀਆ ਡਿਵੈਲਪਮੈਂਟ ਦਾ ਮਾਹੌਲ ਹੈ, ਅਤੇ ਕਿੰਨਾ ਅੱਗੇ ਉਹ ਸੂਬਾ ਰੈਵਨਿਊ ਸਰਪਲਸ ਹੋ ਗਿਆ। ਰੈਵਨਿਊ ਸਰਪਲਸ ਇਹ ਨਹੀਂ ਹੋਇਆ ਕਿ ਲੋਕਾਂ ਨੂੰ ਕੋਈ ਉਹਨਾਂ ਨੇ ਸੁਵਿਧਾ ਨਹੀਂ ਦਿੱਤੀ, ਵਿਕਾਸ ਵੀ ਬਹੁਤ ਕਰਾਇਆ, ਫਿਰ ਵੀ ਉਹਨਾਂ ਕੋਲ ਮਤਲਬ ਆਪਣੇ ਵਾਂਗੂ ਜਿਵੇਂ ਆਪਾਂ ਪੰਜਾਬ ਦਾ ਵਾਰ ਵਾਰ ਕਹਿੰਦੇ ਹਾਂ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ, ਉਹ ਚੀਜ਼ ਉੱਥੇ ਨਹੀਂ ਹੈਗੀ, ਵਿਕਾਸ ਹੋਣ ਦੇ ਬਾਵਜੂਦ ਉਹਨਾਂ ਦਾ ਖਜ਼ਾਨਾ ਹਰਿਆ ਭਰਿਆ। ਸੋ ਜਿੱਥੋਂ ਤੱਕ ਮੋਦੀ ਜੀ ਦਾ ਸਵਾਲ ਹੈ ਨਾ ਜੀ, ਉੱਥੇ ਲੋਕਾਂ ਨੂੰ ਵਿਸ਼ਵਾਸ ਹੈ, ਲੋਕਾਂ ਨੂੰ ਵਿਸ਼ਵਾਸ ਹੈ ਕਿ ਉਹਨਾਂ ਨੇ ਕਿਹੋ ਜਿਹੀਆਂ ਤਕੜੀਆਂ ਤਕੜੀਆਂ ਸਕੀਮਾਂ ਚਲਾਈਆਂ। ਪੂਰੇ ਇੰਡੀਆ ਦੇ ਵਿੱਚ 21 ਏਮਸ ਹੁੰਦਾ ਸੀ, ਹੁਣ ਜਿਵੇਂ ਆਪਾਂ ਦੇਖਿਆ ਬਠਿੰਡਾ ਦੇ ਵਿੱਚ ਵੀ ਏਮਸ ਬੀਜੇਪੀ ਗਵਰਨਮੈਂਟ ਨੇ ਬਣਾਇਆ, ਸਾਰੀਆਂ ਸਟੇਟਾਂ ਦੇ ਵਿੱਚ ਕਲੇਮ ਕਰ ਰਹੀ ਹੈ ਕਿ ਮੇਰਾ ਡ੍ਰੀਮ ਪ੍ਰੋਜੈਕਟ ਹੈ, ਮੈਂ ਉੱਥੋਂ ਲੈ ਕੇ ਆਈ ਹਾਂ ਸੈਂਟਰ ਤੋਂ, ਕੇਂਦਰ ਤੋਂ, ਤੁਸੀਂ ਆਪਦੀ ਸਰਕਾਰ ਦੀ ਉਪਲਬਧੀ ਗਿਣਾ ਰਹੇ ਹੋ? ਦੇਖੋ ਕੇਂਦਰ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਕਦੋਂ ਸੀ ਮੈਨੂੰ ਦੱਸੋ, ਕੇਂਦਰ ਦੇ ਵਿੱਚ ਹਮੇਸ਼ਾ ਬੀਜੇਪੀ ਦੀ ਸਰਕਾਰ ਰਹੀ ਹੈ, ਅਤੇ ਉਹਦੇ ਵਿੱਚ ਉਹ ਸਹਿਯੋਗੀ ਪਾਰਟੀ ਸੀ, ਸਹਿਯੋਗੀ ਹੋਣ ਕਰਕੇ ਹੀ ਉਹ ਇੱਥੇ ਏਮਸ ਲੈ ਕੇ ਆਏ ਹੈ, ਜਿੱਥੇ ਅਕਾਲੀ ਦਲ ਦੀ ਗਵਰਨਮੈਂਟ ਨਹੀਂ ਸੀ ਜਿਹੜੀਆਂ ਸਟੇਟਾਂ ਦੇ ਵਿੱਚ ਉੱਥੇ ਵੀ ਤਾਂ ਏਮਸ ਬਣੇ ਆ, ਜਿੱਥੇ ਮੈਡਮ ਹਰਸਿਮਰਤ ਕੌਰ ਨਹੀਂ ਸੀਗੇ, ਕਈ ਸਟੇਟਾਂ ਦੇ ਵਿੱਚ ਦੋ ਦੋ ਏਮਸ ਬਣੇ ਆ। ਸੋ ਜਦੋਂ ਉੱਪਰੋਂ ਸਰਕਾਰ ਦਾ ਇਹ ਇੱਕ ਤਰ੍ਹਾਂ ਨਾਲ ਵਿਜ਼ਨ ਸੀ ਵੀ ਸਾਨੂੰ ਇਹੋ ਜਿਹੀ ਸੰਸਥਾ ਹੈਲਥ ਲਈ ਲੋਕਾਂ ਦੀ ਸਿਹਤ ਨੂੰ ਖਿਆਲ 'ਚ ਰੱਖਦੇ ਹੋਏ ਪੂਰੀ ਸਾਰੀਆਂ ਸਟੇਟਾਂ ਨੂੰ ਦੇਣੀ ਚਾਹੀਦੀ ਹੈ, ਤਾਂ ਉਹਨਾਂ ਨੇ ਸਾਰੀਆਂ ਸਟੇਟਾਂ 'ਚ ਦਿੱਤੀ ਹੈ। ਸੋ ਉਹਦਾ ਕਲੇਮ ਕ੍ਰੈਡਿਟ ਲੈਣਾ ਚਲੋ ਠੀਕ ਹੈ ਕਿ ਉਹਨਾਂ ਨੇ ਉਦੋਂ ਸੈਂਟਰ 'ਚ ਉਹ ਵੀ ਮਿਨਿਸਟਰ ਸੀਗੇ, ਪਰ ਫਿਰ ਵੀ ਅਲਟੀਮੇਟਲੀ ਤਾਂ ਇਹ ਵਿਜ਼ਨ ਤਾਂ ਬੀਜੇਪੀ ਦਾ। ਮਾਹੌਲ ਕੀ ਹੈ ਪੰਜਾਬ ਦੇ ਵਿੱਚ? ਤੁਹਾਡੇ ਕੋਲ ਪੰਜਾਬ ਦੀ ਰਿਪੋਰਟ ਵੀ ਆਉਂਦੀ ਹੋਏਗੀ, ਕੀ ਮਾਹੌਲ ਲੱਗ ਰਿਹਾ ਪੰਜਾਬ ਚੋਣਾਂ ਨੂੰ? ਦੇਖੋ ਪੰਜਾਬ ਦੇ ਵਿੱਚ ਹੁਣ ਬੀਜੇਪੀ ਦੀ ਹਨੇਰੀ ਆਉਣ ਵਾਲੀ ਹੈ, ਪਹਿਲੀ ਵਾਰੀ ਬੀਜੇਪੀ ਇੱਥੇ ਇਕੱਲੇ ਚੋਣਾਂ ਲੜ ਰਹੀ ਹੈ, ਅਤੇ ਲੋਕਾਂ ਨੂੰ ਇੱਕ ਮੌਕਾ ਹੈ ਮੋਦੀ ਜੀ ਨੂੰ ਸਪੋਰਟ ਕਰਨ ਦਾ,
ਉਹਨਾਂ ਨੂੰ ਉਹਨਾਂ ਦੇ ਕੀਤੇ ਕੰਮਾਂ ਦਾ ਹੁਣ ਕ੍ਰੈਡਿਟ ਦੇਣ ਦਾ, ਸਾਰਾ ਦੇਸ਼ ਉਹਨਾਂ ਦੀ ਗੱਲ ਨੂੰ ਸਮਝ ਚੁੱਕਿਆ, ਅਤੇ ਜਿਹੜੇ ਪੰਜਾਬੀ ਹੈਗੇ ਆ ਉਹ ਵੀ ਇੰਨੇ ਨਾ ਸਮਝ ਨਹੀਂ ਹੈਗੇ ਵੀ ਉਹ ਇਸ ਗੱਲ ਨੂੰ ਸਮਝਣ ਨਾ, ਉਹ ਵੀ ਇਸ ਗੱਲ ਨੂੰ ਸਮਝਦੇ। ਪਿੰਡਾਂ ਦੇ ਲੋਕ ਵੀ ਬਹੁਤ ਪੜ੍ਹ ਲਿਖ ਗਏ ਆ, ਬੱਚੇ ਪੜ੍ਹੇ ਲਿਖੇ ਆ, ਸਾਰੇ ਸਮਝਦੇ ਆ ਕਿ ਜਿਸ ਦੀ ਸਰਕਾਰ ਸੈਂਟਰ ਦੇ ਵਿੱਚ ਬਣਨੀ ਹੈ, ਬਣਨ ਜਾ ਰਹੀ ਹੈ, ਅਤੇ ਜੋ ਦੇਸ਼ ਦਾ ਵਿਕਾਸ ਕਰ ਰਿਹਾ, ਸਾਡਾ ਵਿਕਾਸ ਕਰ ਰਿਹਾ, ਕਿੰਨੇ ਲੋਕ ਹੈਗੇ ਆ ਜਿਨ੍ਹਾਂ ਨੇ ਆਯੁਸ਼ਮਾਨ ਭਾਰਤ ਸਕੀਮ ਦੇ ਤਹਿਤ ਆਪਣੇ ਇਲਾਜ ਕਰਵਾਏ ਹੈ, ਔਰ ਉਹ ਸਾਰੀਆਂ ਚੀਜ਼ਾਂ ਨੂੰ ਹੁਣ ਪਿੰਡਾਂ ਦੇ ਲੋਕ ਵੀ ਸਮਝ। ਅਕਾਲੀ ਦਲ ਦੇ ਨਾਲ ਅਲਾਇੰਸ ਹੁੰਦਾ ਤਾਂ ਪੰਜਾਬ ਦੇ ਵਿੱਚ ਮਾਹੌਲ ਹੋਰ ਹੀ ਹੋਣਾ ਸੀ, ਲੱਗਦਾ ਨਹੀਂ ਹੋਰ ਪਾਵਰ ਸਟਰੋਂਗ ਹੁੰਦੀ ਬੀਜੇਪੀ ਦੀ, ਭਾਈਵਾਲ ਪਾਰਟੀ ਤੁਸੀਂ ਮੰਨਦੇ ਸੀ ਅਕਾਲੀ ਦਲ ਨੂੰ? ਨਹੀਂ, ਮੈਨੂੰ ਐਂ ਲੱਗਦਾ ਵੀ ਹੁਣ ਇਕੱਲਿਆਂ ਬੀਜੇਪੀ ਆਪਣੀ ਸਟਰੈਂਥ 'ਤੇ ਜਦੋਂ ਲੜੂਗੀ ਨਾ ਤਾਂ ਬੀਜੇਪੀ ਇੱਥੇ ਸਟਰੋਂਗ ਹੋਊਗੀ। ਹੁਣ ਮੈਂ ਵਾਰ ਵਾਰ ਨਹੀਂ ਕਹਿਣਾ ਚਾਹੂੰਗੀ ਵੀ ਅਕਾਲੀ ਦਲ ਬਾਰੇ, ਹੁਣ ਤੁਸੀਂ ਖੁਦ ਹੀ ਦੇਖ ਰਹੇ ਹੋ ਵੀ ਕੀ ਹਾਲ ਹੋ ਰਿਹਾ। ਸੋ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਉਹਨਾਂ ਦਾ ਨੁਕਸਾਨ ਹੋਇਆ ਅਕਾਲੀ ਦਲ ਤੋਂ ਵੱਖ ਹੋ ਕੇ। ਕੀ ਪ੍ਰੋਗਰਾਮ ਕੀ ਅੱਗੇ ਰਹਿਣ ਵਾਲੇ ਤੁਹਾਡੇ ਉਹਨਾਂ ਕੀ ਅੱਗੇ? ਬਸ ਹੁਣ ਮੈਂ ਸੂਰਜ ਜੀ, ਵੈਸੇ ਮੈਨੂੰ ਲੱਗਦਾ ਕਿ ਆਪਾਂ ਜ਼ਿਆਦਾ ਸਮਾਂ ਹੀ ਗੱਲਬਾਤ ਕਰ ਲਈ, ਲੋਕ ਵੀ ਉਡੀਕ ਰਹੇ ਹੋਣਗੇ, ਅਤੇ ਆਪਾਂ ਨੂੰ ਹੁਣ ਮੇਰਾ ਹੁਣ ਜਾਣਾ ਬਣਦਾ ਇੱਥੋਂ, ਹੈ ਨਾ, ਬਾਹਰ ਵੀ ਕਾਫੀ ਟਾਈਟ ਪ੍ਰੋਗਰਾਮ ਚੱਲ ਰਹੇ ਇੱਥੋਂ। ਬਿਲਕੁਲ, ਪਰਮਪਾਲ ਮਲੂਕਾ ਨੇ ਕਿਤੇ ਨਾ ਕਿਤੇ ਜਾ ਕੇ ਪਹਿਲਾਂ ਪਰਮਾਤਮਾ ਦਾ ਨਾਂ ਅਤੇ ਉਸ ਤੋਂ ਬਾਅਦ ਕੰਮਕਾਜ ਦੀ ਸ਼ੁਰੂਆਤ ਹੈ ਉਹ ਕਰਦੇ ਨਜ਼ਰ ਆ ਰਹੇ ਨੇ। ਮਲੂਕਾ ਸਾਹਿਬ ਵੀ ਨਾਲ ਆਪਣੇ ਨਜ਼ਰ ਆ ਰਹੇ ਨੇ, ਔਰ ਇਸ ਤੋਂ ਬਾਅਦ ਚੋਣ ਪ੍ਰਚਾਰ ਹੈ ਉਹ ਸ਼ੁਰੂ ਕਰ ਦੇਣਾ, ਕਿਉਂਕਿ ਬਾਹਰ ਲੋਕ ਨੇ ਉਹ ਕਿਤੇ ਨਾ ਕਿਤੇ ਇੰਤਜ਼ਾਰ ਕਰ ਰਹੇ ਨੇ, ਵੇਟ ਕਰ ਰਹੇ ਨੇ, ਕਿਉਂਕਿ ਤਮਾਮ ਸਾਰੇ ਮੁੱਦੇ ਨੇ। ਉਹਨਾਂ ਮੁੱਦਿਆਂ ਨੂੰ ਲੈ ਕੇ ਸਿਆਸਤਦਾਨਾਂ ਨੇ ਚੋਣ ਮੈਦਾਨ ਦੇ ਵਿੱਚ ਜਾਣਾ ਹੁੰਦਾ, ਵੋਟਾਂ ਮੰਗਣੀਆਂ ਹੁੰਦੀਆਂ ਨੇ, ਲੋਕ ਇੰਤਜ਼ਾਰ ਕਰ ਰਹੇ ਤੁਹਾਡਾ? ਹਾਂਜੀ ਬਿਲਕੁਲ ਬਿਲਕੁਲ, ਲੋਕ ਇੰਤਜ਼ਾਰ ਕਰ ਰਹੇ ਆ, ਬਹੁਤ ਵੱਡੀ ਸਪੋਰਟ ਮੈਨੂੰ ਆਪਣੇ ਭੈਣਾਂ ਭਰਾਵਾਂ ਬਜ਼ੁਰਗਾਂ ਸਾਰਿਆਂ ਤੋਂ ਮਿਲ ਰਹੀ ਹੈ। ਬਿਲਕੁਲ ਇੰਤਜ਼ਾਰ ਕਰ ਰਹੇ ਨੇ, ਸਾਨੂੰ ਸੁਬਹਾ ਤੋਂ ਹੀ ਫੋਨ ਆਉਣੇ ਸ਼ੁਰੂ ਹੋ ਜਾਂਦੇ, ਅਸੀਂ ਅਟੈਂਡ ਵੀ ਨਹੀਂ ਕਰ ਪਾਉਂਦੇ, ਇੱਕ ਕਾਲ ਆਉਂਦੀ ਉਹਦੇ ਵਿੱਚ ਪੰਜ ਪੰਜ ਕਾਲਾਂ ਮਿਸ ਹੋ ਜਾਂਦੀਆਂ। ਸੋ ਬਹੁਤ ਕੀਮਤੀ ਟਾਈਮ ਹੈ ਜੀ, ਅਤੇ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਹੈਗਾ। ਮੇਰੇ ਵੀਰ ਸਾਰੇ ਖੜੇ ਨੇ, ਤੁਸੀਂ ਵੀ ਦੇਖ ਰਹੇ ਹੋ, ਸੁਬਹਾ ਹੀ ਆ ਜਾਂਦੇ ਨੇ, ਅਸੀਂ ਤਾਂ ਹੁਣ ਤੁਹਾਡੇ ਨਾਲ ਗੱਲਬਾਤ ਕਰਦੇ ਸਗੋਂ ਲੇਟ ਹੋ ਗਏ ਇਹਨਾਂ ਨਾਲ ਗੱਲ ਕਰਨ 'ਚ, ਅਤੇ ਬਹੁਤ ਵਧੀਆ ਸਪੋਰਟ ਮਿਲ ਰਹੀ ਹੈ ਜੀ। ਬਿਲਕੁਲ, ਪਰਮਪਾਲ ਮਲੂਕਾ ਨੇ ਦੱਸ ਰਹੇ ਨੇ ਕਿ ਆਖਿਰਕਾਰ ਦਿਨ ਦਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਹੈ। ਚੋਣ ਪ੍ਰਚਾਰ ਦੇ ਨਿਕਲੇ ਨੇ, ਸੁਬਹਾ ਪਹਿਲਾਂ ਰੱਬ ਦਾ ਨਾਂ ਅਤੇ ਉਸ ਤੋਂ ਬਾਅਦ ਚਾਹ ਦੇ ਟੇਬਲ 'ਤੇ, ਅਤੇ ਉਸ ਤੋਂ ਬਾਅਦ ਰਵਾਨਗੀ ਹੈ ਜਿਹੜੀ ਉਹ ਪਿੰਡਾਂ ਨੂੰ ਪਰਮਪਾਲ ਮਲੂਕਾ ਨੇ ਕਰ ਦਿੱਤੀ ਹੈ। ਬਠਿੰਡਾ ਤੋਂ ਸੂਰਜ ਭਾਨ, ਨਿਊਜ਼ 18 ਪੰਜਾਬ।